ਬਤੀਤ ਹੋ ਰਿਹਾ, ਖਤਮ ਹੋ ਰਿਹਾ ਤੇ ਨਵਾਂ ਚੜ ਰਿਹਾ ਭੈਣੋ ਅਤੇ ਮੇਰੇ ਵੀਰੋ, ਆਉਂਦੇ ਸਾਲ ਲਈ ਆਪਾਂ ਅਰਦਾਸ ਕਰਨੀ ਹੈ ਕਿ ਅਸੀਂ ਕਿਸੇ ਨਿਸ਼ਾਨੇ ਤੇ ਪਹੁੰਚ ਸਕੀਏ। ਮੇਰੀ ਕੌਮ ਦੇ ਜੁਝਾਰੂ ਸਿੰਘ ਅਤੇ ਮੇਰੀ ਕੌਮ ਦੇ ਉਹ ਵੀਰ ਜੋ ਇਸ ਵੇਲੇ ਕਸ਼ਟ ਚੱਲ ਰਹੇ ਨੇ, ਸਤਿਗੁਰੂ ਰਹਿਮਤ ਕਰੇ ਉਹਨਾਂ ਦੇ ਉੱਤੇ। ਆਓ ਪਿਆਰਿਓ, ਆਪਣੀ ਰਸਨਾ ਰਾਹੀਂ ਲਵਾਓ ਹਾਜ਼ਰੀਆਂ ਤੇ ਕਰੋ ਮੁੱਖ ਪਵਿੱਤਰ ਤੇ ਨਾਲੇ ਕਰੋ ਦਾਨ ਤੇ ਕਾਖੋ ਸਭੇ ਕੀ ਕਰ ਰਹੇ ਹੋ, ਇਸ ਲਈ ਆਪ ਬਹੁਤ ਹੀ ਧੰਨਤਾ ਦੇ ਯੋਗ ਹੋ। ਅੱਜ ਦਾ ਪ੍ਰੋਗਰਾਮ ਜੋ ਕਿ ਰਾਗੀ ਜਥੇ ਢਾਡੀ ਜਥੇ ਇਸ ਸਟੇਜ 'ਤੇ ਆ ਕੇ ਜਿੱਥੇ ਤੁਹਾਨੂੰ ਕੀਰਤਨ ਸੁਣਾ ਰਹੇ ਹਨ, ਜਿੱਥੇ ਇਹਨਾਂ ਨੂੰ ਕੀਰਤਨ ਵਾਸਤੇ ਸੱਦਿਆ ਗਿਆ ਹੈ, ਉੱਥੇ ਇਹਨਾਂ ਨੂੰ ਇਹ ਵੀ ਅਹਿਸਾਸ ਹੈ ਕਿ ਅੱਜ ਦੇ ਇਸ ਦੀਵਾਨ ਦੇ ਵਿੱਚ ਉਹਨਾਂ ਮਹਾਨ ਸ਼ਹੀਦਾਂ ਜਿਨ੍ਹਾਂ ਨੇ ਆਪਣੇ ਹਰ ਕੰਮ ਨੂੰ ਤਿਲਾਂਜਲੀ ਦੇ ਕੇ, ਬਲਕਿ ਆਪਣੇ ਨੰਨੇ ਨੰਨੇ ਪਿਆਰੇ ਪਿਆਰੇ ਬੱਚਿਆਂ ਨੂੰ ਛੱਡ ਕੇ ਤੇ ਧਰਮ ਲਈ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਉਹਨਾਂ ਪਿੱਛੇ ਰਹੇ ਲਾਵਾਰਸ ਬੱਚਿਆਂ ਲਈ ਤੁਸੀਂ ਮਾਇਆ ਦੇ ਰਹੇ ਹੋ। ਇਸ ਲਈ ਅੱਜ ਦਾ ਇਹ ਉਚੇਚਾ ਦਿਨ ਹੈ, ਆਪਦੇ ਸਾਹਮਣੇ ਕਦੀ ਸਟੇਜ ਤੋਂ ਕੋਈ ਵੀ ਪ੍ਰਚਾਰਕ ਇੱਦਾਂ ਨਹੀਂ ਕਹਿੰਦਾ ਕਦੀ ਕਿ ਤੁਸੀਂ ਬਹੁਤੀ ਮਾਇਆ ਦਿਓ। ਅੱਜ ਹਰ ਇੱਕ ਪ੍ਰਚਾਰਕ
हर गुरसिख आप जी नूं प्रेरणा दे रहा है। जेड़े गुरु सवारे सतगुरु दे साजे नवाजे गुरसिख हैं वह तो सानू प्रेरणा देंदे हैं, वह सानू असी उन्हां नूं की प्रेरणा देनी। मगर जेड़े के नाद बन के माया दे ते बैठ के ना आप ओ तो सुख लेंदे आ ना किसी नूं कोई ओहदे नाल कुछ कारण देंदे आ, उन्हां लई जरूर प्रार्थना है कि इस दरबार विच आओ आपे दी सोची लैके ते इत्थे तुसीं वध तो वध माया भेट करो ताकि असीं अपने निशाने नूं पूरी तरह निभा सकीए। एक मैं तुहानूं गल दसदा, उस तो सानूं पता लग जाएगा कि गुराही दा मतलब की हुंदा। एक प्रचारक सिख स्टेजां दे उत्ते जाण वाला किते पिछे जाहे हिंदू मंदिर दे विच चला गया, उत्थे जा के उसने उन्होंने कहा जी इत्थे लई कुछ थोड़ी गुराही कर दिओ, ते उह गुराही लई उन्हें अपील की ते अगे उह 50-50 पैनियां 75-75 पैनियां पौंड ताईं कोई उपरे कोई 25 पैनियां देवे गुरु। ਉਹ ਵਿੱਚੇ ਆਪਣਾ ਕੀਰਤਨ ਛੱਡ ਕੇ ਚੁੱਪ ਕਰਕੇ ਕਹਿੰਦਾ ਭਰਾਵੋ ਮੈਂ ਤਾਂ ਹੈਰਾਨ ਹੋ ਗਿਆ, ਕਹਿੰਦਾ ਤੁਹਾਡੇ ਨਾਲ ਦੇਖ ਕੇ ਇਹ ਗੁਰਾਹੀ ਮੇਰੇ ਤੋਂ ਕਰਾਉਣ ਲੱਗੇ ਹੋ, ਇਹ ਗੁਰਾਹੀ ਹੈ? ਕਹਿੰਦਾ ਮੈਂ ਤੁਹਾਨੂੰ ਦੱਸਾਂ ਜਿੱਥੇ ਮੈਂ ਗੁਰਾਹੀ ਕੀਤੀ ਹੋ। ਗੁਰਸਿੱਖ ਦਰਬਾਰਾਂ ਦੇ ਵਿੱਚ ਜਿੱਥੇ ਖੜ ਕੇ ਇੱਕ ਲਫ਼ਜ਼ ਮੈਂ ਆਖਿਆ ਉੱਥੇ ਆਪਣੀ ਹਫ਼ਤੇ ਦੀ ਵੀਕ ਦੀ ਤਨਖਾਹ ਜੇਬਾਂ ਵਿੱਚੋਂ ਕੱਢ ਕੱਢ ਕੇ ਸਾਰਿਆਂ ਨੇ ਰੱਖ ਦਿੱਤੀ ਉੱਥੇ। ਇਸ ਲਈ ਤੁਸੀਂ ਜਾਂ 50-50 ਪੈਨੀਆਂ ਦਿੰਦੇ ਹੋ, ਇਹ ਗੁਰਾਹੀ ਕਿਸ ਤਰ੍ਹਾਂ ਹੋਵੇਗੀ? ਤੋ ਇਸ ਲਈ ਆਪ ਜੀ ਜ਼ਰਾ ਚੜ੍ਹਦੀ ਕਲਾ ਵਿੱਚ ਆਓ, ਇਹ ਤੇ ਗੱਲ ਇੱਕ ਮਾਮੂਲੀ ਗੱਲ ਹੈ। ਸਾਨੂੰ ਕਿਸੇ ਗੁਰਸਿੱਖਾਂ ਨੇ ਕਿਸੇ ਵੇਲੇ ਗੱਲ ਦੱਸੀ ਸੀ, ਜਦੋਂ ਕਿ ਬੰਬਈ ਦੀ ਸਟੇਜ ਦੇ ਉੱਤੇ ਉਹਨਾਂ ਨੇ ਖੜ ਕੇ 3 ਮਿੰਟ ਲੈ ਕੇ ਇਹ ਸੰਗਤਾਂ ਵਾਸਤੇ ਗੱਲ ਆਖੀ ਸੀ ਕਿ ਜਿਹੜੀ ਸੱਚਖੰਡ ਦਰਬਾਰ ਤੋਂ ਰੋਡ ਜਾਂਦੀ ਹੈ ਸ਼ਿਕਾਰ ਘਾਟ ਨੂੰ, ਉਹ ਬੰਬਈ ਦੀਆਂ ਸੰਗਤਾਂ ਦੇ ਜ਼ੁੰਮੇ ਲਾ ਦਿੱਤੀ ਗਈ ਹੈ, ਤੇ ਇਸ ਲਈ ਇਹ ਭਾਈਓ ਤੁਸਾਂ ਨੇ ਉਸ ਨੂੰ ਸੜਕ ਨੂੰ ਬਣਾਉਣਾ ਹੈ, ਚਾਹੇ ਜਾ ਕੇ ਹੱਥੀ ਬਣਾ ਦਿਓ ਚਾਹੇ ਪੈਸੇ ਦੇ ਦਿਓ। ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਪਹਿਲੇ ਪੈਸੇ ਮਗਰੋਂ ਜਮ੍ਹਾਂ ਕਰਿਓ। ਇਹ ਜਿਹੜੇ ਤੁਸੀਂ ਮਾਇਆ ਮੈਨੂੰ ਦਿਓਗੇ, ਮੈਂ ਸਤਿਗੁਰੂ ਦੀ ਹਜ਼ੂਰੀ ਵਿੱਚ ਇਸ ਸਤਿਗੁਰੂ ਜੀ ਦਾ ਥਾਪੜਾ ਲੈ ਕੇ ਮੈਂ ਆਪ ਜੀ ਦੇ ਸਾਹਮਣੇ ਬੇਨਤੀ ਕਰਦਾ ਹਾਂ ਕਿ ਜਿਨ 1000 ਦਿੱਤਾ ਉਹਦਾ ਜੇ 10 ਦਿਨਾਂ ਵਿੱਚ 10,000 ਨਾ ਹੋ ਗਿਆ ਤਾਂ ਮੈਨੂੰ ਫੜ ਲਿਓ। ਸਤਿਗੁਰੂ ਦੇ ਆਸਰੇ ਨਾਲ ਗੱਲ ਆਖ ਦਿੱਤੀ ਤੇ 3 ਮਿੰਟਾਂ ਵਿੱਚ 3 ਲੱਖ ਰੁਪਈਆ ਉਹ ਸਟੇਜ ਦੇ ਤੋਂ ਅਸੀਂ ਆਪਣੇ ਅੱਖੀ ਕੰਨੀ ਸੁਣਿਆ ਦੇਖਿਆ। ਸੋ ਇਸ ਲਈ ਆਪ ਜੀ ਅੱਜ ਤੁਹਾਡੇ ਸਾਹਮਣੇ ਇਹ ਸੁਭਾਗ ਸਮਾਂ ਆਇਆ ਹੈ ਔਰ ਆਪਣੀ ਕਿਰਤ ਕਮਾਈਆਂ ਦੇ ਵਿੱਚੋਂ ਤੁਸੀਂ ਅੱਜ ਵੱਧ ਚੜ੍ਹ ਕੇ ਇਹ ਹੌਸਲਾ ਅਫਜ਼ਾਈ ਕਰੋ ਤਾਂ ਕਿ ਉਹ ਸ਼ਹੀਦਾਂ ਦੇ ਪਰਿਵਾਰਾਂ ਵਾਸਤੇ ਅਸੀਂ ਵੱਧ ਚੜ੍ਹ ਕੇ ਕੁਝ ਕਰ ਸਕੀਏ। ਇੰਨਾ ਸਾਨੂੰ ਪਤਾ ਹੈ ਵੀ ਜਿਹੜਾ ਕੋਈ ਜ਼ਿਆਦਾ ਮਾਇਆ ਹੈ ਉਹ ਉਹਨੂੰ ਜ਼ਿਆਦਾ ਦੱਬਦਾ ਹੈ, ਉਹ ਉਹਨੂੰ ਲੁਕਾਉਂਦਾ ਘੁੱਟ ਘੁੱਟ ਕੇ ਰੱਖਦਾ। ਏਦਾਂ ਨਹੀਂ ਕਰਨੀ, ਇਹ ਏਦਾਂ ਨਹੀਂ ਰਹਿੰਦੀ ਮਾਇਆ, ਭੁੱਕੀ ਉਹ ਕੋਲ ਨਹੀਂ ਰਹਿੰਦੀ। ਜਿੰਨੀ ਉਸਨੂੰ ਤੋਰੋਗੇ ਉਨੀ ਜ਼ਿਆਦਾ ਮਿਲੇਗੀ। ਆਪ ਜਦੋਂ ਧਿਆਨ ਦੇ ਨਾਲ ਇਸ ਪਾਸੇ ਤਵੱਜੋ ਦੇ ਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਮਾਇਆ ਵੱਧ ਚੜ੍ਹ ਜਕਾਰਿਆਂ ਵਾਲੀ ਮਾਇਆ ਪੇਸ਼ ਕਰੋ। ਕਿਰਪਾ ਜੀ ਆਪ ਦੀ ਮਿਹਰਬਾਨੀ। ਰੱਬ ਮੇਰ ਕਰੇ ਸਾਡਾ ਪਿਆਰ ਵਧੇ, ਰੱਬ ਮੇਰ ਕਰੇ ਸਾਡਾ ਬਦੇ।
जीवन नू बना के असीं अपने मंजिले मकसूद वल नू बढ़ना है। तो आप सारे साहिबान उन्हां शहीदां दी याद विच बैठे हो, तो ये शहीद सदा नहीं मामा दुनिया दे उत्ते शहीदां नू जन्म दिंदियां, जदों कि लोड़ पैंदी है ते उस वेले शहीद जन्म लैंदे हैं। तो आप जी देख रहे हो इस वेले कोई पिछली जो वारदात है या कहानी है वो कोई भी आपके सामने स्टेज तो नहीं पेश कर रहा, बल्कि दीदा का हिस्सा जो अपने अखां दे नाल तुसी देख रहे हो ओहो ही सीन आपके सामने पेश किए जाते हैं। और कैसे नज़ारे हैं देख के अखां उच्चियां होंदियां हैं, किवें सानू दमकाउण लई सानू इस रास्ते तो करे ठाउण लई कई तरह के वचन बोले जाते सन, जिन्हां विच एक ये भी वचन होंदा सी भई अगे सिख इहो जिहे होंदे सन, अज कल इहो जिहे सिंह नहीं हन, जिन्हां दीआं गल्लां करी जाते हैं। अज कल कोई है ऐसा जिहड़ा बंद बंद कटा दे, अज कल कोई है जिहड़ा खोपरी लहा दे, अज कल नहीं, ये पिछले ही सिख ऐसे सन जिहड़े कि इहो जिहे कारनामे करदे सन, पर उन्हां दे मूँह दे उत्ते एक जबरदस्त चपेड़ है जो उन्होंने शहीदा ने अपनी जिंदगियां कुर्बान करके ते सिख कौम का सिर उचा किया है। भाई ये तुसी एक बड़ी गल हैरानी दी है जिन्हों हमेशा ही असी सोचते हाँ कि प्रधानों दी चोणां होंदियां हन, सैकटरियां नू इलैक्शन द्वारा वोटां पाईआं जांदियां हन, उन्हां नू मुकर्र किया जाता अपनी थां ते, कदी देखिआ कदे शहीद दीआं वोटां पैंदियां, शहीद नू कदी तुसी वोटां दे नाल खड़ा कीता, शहीद दा तां पता ही नहीं, तुहाडे नाल रात पर दिने फिरदा तुरदा और उहदी कोई पछाण नहीं कि ये शहीद है, और उदों ही पता लगता है जदों हाल विच जाके उत्थे जिहड़ा दंग जे मारदा बंदा जिहड़ा श्री गुरु ग्रंथ साहिब जिहनूं नीवां करके तां आप उच्चा बनदा है, उस नूं उसे वेले उहनूं तूं गुरु दी निंदिआ करदा, सानू गुरु दा हुक्म है कि असीं अपने कन्नां दे नाल गुरु दी निंदिआ नहीं सुननी, ते तार तार हो गई। तो यह है किसी को पता सी कोई इस गल, शहीद का कोई पता नहीं, शहीद पता नहीं कहड़ा है, और जिस वेले कलगी धर पातशाह जी मेहर का सदका वो सपेट आनी है उस वेले उसने करके दिखा देना। आ देखो तो आपके सामने हरजिंदर सिंह जिंदा जिहदियां टांकां पै गईआं सारे मुल्क दे विच, और जिसने ना सुन लिया किसी ने भाई ये आ बढ़िया दिल्ली विच जिंदा, तो उस वेले उन्हां दा सौना हराम हो गया। सुरजीत जी आपके सामने चंद लाइना इस संबंध में पेश करते हैं, ध्यान दे नाल श्रवण करना। जिंदा जमिया बधाया बधिया जिंदा जमिया
ਖਾਲਿਸਤਾਨ ਦੀ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ। ਆਓ ਇਸ ਤਰ੍ਹਾਂ ਦੇ ਨੌਜਵਾਨ ਯੋਧੇ ਮੈਂ ਜਲਦੀ ਜਲਦੀ ਦੋ ਗੀਤ ਹੀ ਸੁਣਾ ਦੇਣੇ ਨੇ ਅਤੇ ਲੈਕਚਰ ਕੀ ਕਰਨਾ ਹੈ, ਲੈਕਚਰ ਆਪਾਂ ਫਿਰ ਕਿਤੇ ਕਰ ਲਵਾਂਗੇ। ਆਓ ਪਿਆਰ ਦੇ ਨਾਲ ਖਾਲਿਸਤਾਨ ਕਮਾਂਡੋ ਫੋਰਸ ਦੇ ਬਾਰੇ ਅਤੇ ਲਿਬਰੇਸ਼ਨ ਕਮਾਂਡੋ ਫੋਰਸ, ਟਾਈਗਰ ਕਮਾਂਡੋ ਫੋਰਸ ਜੋ ਸਾਡੀਆਂ ਕੌਮ ਦੀਆਂ ਜੁਝਾਰੂ ਜਥੇਬੰਦੀਆਂ ਨੇ, ਉਹਨਾਂ ਦਾ ਚਮਤਕਾਰਾ ਤੁਹਾਡੇ ਸਾਹਮਣੇ ਪੇਸ਼ ਹੈ। ਖਾਲਿਸਤਾਨ ਕਮਾਂਡੋ ਫੋਰਸ ਕਰਦੀ ਫਤਿਹ ਮਦਾਨਾਂ ਨੂੰ, ਗੋਲੀ ਦੇ ਨਾਲ ਸੋਜੀ ਬਖਸ਼ੇ ਕਪਟੀਆਂ ਤੇ ਬੇਈਮਾਨਾਂ ਨੂੰ, ਕਪਟੀਆਂ ਤੇ ਬੇਈਮਾਨਾਂ ਨੂੰ। ਖਾਲਿਸਤਾਨ ਕਮਾਂਡੋ ਫੋਰਸ ਕਰਦੀ ਫਤਿਹ ਮਦਾਨਾਂ ਨੂੰ, ਗੋਲੀ ਦੇ ਨਾਲ ਸੋਜੀ ਬਖਸ਼ੇ ਕਪਟੀਆਂ ਤੇ ਬੇਈਮਾਨਾਂ ਨੂੰ, ਕਪਟੀਆਂ ਤੇ ਗਰਾਉਂਡ ਚ ਆ ਤੇ ਢੋਂਗੇ ਇਸਨੇ ਪਾ ਦਿੱਤੇ।
ਅੱਗੇ ਹੋ ਕੇ ਲੜ ਰਹੇ ਨੇ। ਆਓ ਆਖਿਰ ਵਿੱਚ ਗੀਤ ਤੁਹਾਡੇ ਸਾਹਮਣੇ ਪੇਸ਼ ਹੋਇਆ ਹੈ। ਦੋ ਨੌਜਵਾਨ ਯੂਕੇ ਦੇ ਵਿੱਚ ਜਿਨ੍ਹਾਂ ਨੇ ਬਹੁਤ ਵੱਡਾ ਕੰਮ ਕੀਤਾ ਹੈ। ਵੈਸੇ ਤਾਂ ਸਾਡੀ ਕੌਮ ਦੇ ਭੈਣਾਂ ਵੱਲ ਦੇਖ ਲਓ, ਵੀਰਾਂ ਵੱਲ ਦੇਖ ਲਓ, ਸਾਰੇ ਜੁਝਾਰੂ ਸਿੰਘ ਇੱਦਾਂ ਦੇ ਪਖੰਡੀਆਂ ਨੂੰ ਤਾਂ ਅਸੀਂ ਉੱਦਾਂ ਹੀ ਕਢਾ ਦਿੰਦੇ ਹਾਂ। ਕਿਆ ਪੋਹ ਦੇ ਮਹੀਨੇ ਦੀ ਗੱਲ ਵਾ, ਇੱਕ ਕੰਬਲੀ ਲੈ ਕੇ ਨਾ ਸੰਤ ਆ ਗਿਆ ਅਤੇ ਰੰਗ ਵੀ ਪਤਾ ਨਹੀਂ ਕਾਲਾ ਹੀ ਸੀਗਾ। ਉਹ ਕਹਿੰਦਾ ਲੱਗਾ ਉਹ ਤਪ ਕਰਨ ਤੇ ਨਾਲੇ ਦੇਖੀ ਜਾਂਦਾ ਅੱਖ ਦੀ ਟਿੱਕੀ ਨਾ ਕੋਈ ਵੀ, ਜਦੋਂ ਮੈਂ ਕੁਛ ਪੜ੍ਹਾਂ ਉਦੋਂ ਕੋਈ ਆਣ ਕੇ ਬੀਬੀ ਜਾਂ ਭਾਈ ਕੋਈ ਦੇਖਦਾ ਕਿ ਨਹੀਂ, ਤਾਂ ਕਿ ਪਤਾ ਲੱਗ ਜਾਵੇ ਸੰਤ ਪਾਠ ਬੜਾ ਕਰਦੇ ਆ, ਸੰਤ ਪਾਠ ਬੜਾ ਕਰਦੇ। ਪਰ ਬੀਬੀ ਕਮਾਲ ਹੈ, ਭੈਣਾਂ ਮੇਰੀਆਂ ਉਹ ਕਹਿੰਦੀ ਕਿ ਸੰਤ ਆਏ ਵਾ, ਚਲੋ ਚੱਲਦੇ ਹਾਂ, ਅਸੀਂ ਵੀ ਦੇਖਦੇ ਹਾਂ ਵੀ ਸੰਤ ਬੰਦਗੀ ਕਰਦੇ, ਕੋਈ ਸੇਵਾ ਕਰਨੀ ਚਾਹੀਦੀ ਹੈ। ਗੁਰੂ ਘਰ ਦੇ ਵਿੱਚ ਸੁਣਿਆ ਕਿ ਸੇਵਾ ਚੱਲਦੀਆਂ ਨੇ, ਕੋਈ ਜੋੜਿਆਂ ਦੀ ਸੇਵਾ। ਮਹਿੰਦਰ ਸਿੰਘ ਜੀ ਆਪਣੀ ਦਸਾਂ ਦੀ ਕਿਰਤ ਕਮਾਈ ਦੇ ਵਿੱਚੋਂ ਸ਼ਹੀਦਾਂ ਦੇ ਫੰਡ ਲਈ 60 ਪਾਉਂਡ ਅਰਦਾਸ ਕਰਾਉਂਦੇ ਹਨ। ਸੰਤ ਸੁੱਚੇ ਪਾਤਸ਼ਾਹ ਜੀ ਚੜ੍ਹਦੀਆਂ ਕਲਾਂ ਬਖਸ਼ਣ, ਗੁਰਸਿੱਖੀ ਦਾ ਨਾਮਦਾਨ ਬਖਸ਼ਣ। ਆਹ ਸਾਡੇ ਗੁਰੂ ਸਾਰੇ ਜਿਹੜੇ ਰਾਤ ਪੁੱਜਦੇ ਨੇ ਸੜਕਾਂ ਦੇ ਉੱਤੇ ਹੀ ਭੱਜੇ ਫਿਰਦੇ ਆ ਇਸ ਕੰਮ ਲਈ, ਸਰਦਾਰ ਕੁਲਮਿੰਦਰ ਸਿੰਘ ਜੀ ਔਰ ਸਤਵਿੰਦਰ ਸਿੰਘ ਜੀ, ਜਿਹਨਾਂ ਦਾ ਨਾਂ ਐਸਾ ਹੈ ਜਿਹਨਾਂ ਦਾ ਨਾਂ ਸੁਣ ਕੇ ਹੀ ਸਾਨੂੰ ਸੁੱਤਿਆਂ ਨੂੰ ਯਾਦ ਆ ਜਾਂਦੀ ਹੈ। ਜਾਗੋ ਵਾਲੇ ਉਹ ਨਾਲੇ 'ਤੇ ਕੀਰਤਨ ਸੁਣਾਉਂਦੇ ਹਨ, ਗੁਰਾਹੀਆਂ ਕਰਦੇ ਹਨ ਔਰ ਆਪਣੇ ਕੋਲੋਂ 52 ਪਾਉ ਇਸ ਫੰਡ ਦੇ। ਪਾਣੀ ਪਲਾਉਣਾ ਜਾਂ ਪੱਖਾ ਝੱਲਣਾ ਜਾਂ ਭਾਂਡੇ ਮਾਂਜਣੇ, ਕਹਿੰਦੀ ਭਈ ਤੇ ਹੁਣ ਹੋਰ ਤਾਂ ਕੋਈ ਸੇਵਾ ਲੱਗਦੀ ਨੀ ਭਈ। ਸਤਨਾਮ ਸਿੰਘ ਜੀ ਆਪਣੀ ਕਿਰਤ ਕਮਾਈਆਂ ਦੇ ਵਿੱਚੋਂ 51 ਪਾਉਂਡ ਅਰਦਾਸ ਕਰਾਉਂਦੇ ਹਨ। ਸਭ ਸੱਚੇ ਪਾਤਸ਼ਾਹ
सिंह जी जो सिख इंटरनेशनल सिख यूथ फेडरेशन दे आगू हैं और बड़ा ही तह दिल तो काम करते हैं। वो भी उन्होंने 52 पाउंड इस फंड वास्ते दास कराए हैं। बेअंत सेवा करते हैं सिंघां लई अपना तन मन धन इन्होंने पेश किया होया है। वो इस फंड लई मनजीत सिंह हरजिंदर सिंह सरदाराने मनजीत सिंह हरजिंदर सिंह सरदाराने जिस देश ते बनते बनते शान सवाराने मनजीत सिंह हरजिंदर सिंह सरदाराने जिस देश पिता गया पखंडी लुट के गया।
Oh, yeah.